कनेडा के शहर सरी तो जिथे कि गोली बहुत चलती है, गोलियां के वास्ते बड़ा मशहूर हो गया शहर। एक पासे शहर की मेयर ब्रिंडा लॉक कल शाम वीडियो स्टेटमेंट जारी कर रहा है, कहिंदे भी शहर के सुख शांति है, सारा कुछ कंट्रोल में आ, आर सी एम पी जी वही असी रखनी है, तो आर सी एम पी इस शहर के वास्ते सही आ। तो दूजे पासे उस वेले सरी शहर के गोली चल रही थी, गिलफोर्ड फ्लीटवुड का इलाका 158 स्ट्रीट 80 एवन्यू, बड़ा शांतमय इलाका आ, वधिया इलाका गिणिया जाता सरी का। तो उत्थे तकरीबन 5:50 ते दो धड़ियां दी आपस दे विच सीधी गोलीबारी हुई आ, जिहदे विच एक जना जख्मी होया, जिहड़ा पीड़त सी जिहदे गोलियां लगियां, गड्डी भजा के 148 स्ट्रीट ते फ्रेजर हाईवे ते लै गया, उत्थे पुलिस ने फड़िया, सख्त जख्मी हालत विच उहनूं हस्पताल लिजाया गया, जिथे उहदी जान खतरे तो बाहर दसी जा रही आ। जिहड़ा आंढ गुआंढा दसदा वी दो गिरफ्तारियां वी इस मौके पुलिस वल्लों कीतियां गईआं, पर पुलिस ने हल्ले कोई भी चार्ज जिहड़े आ उहनां दे बारे जानकारी मीडिया नूं नहीं दित्ती। सो यह जिहड़ी गोलीबारी है इहदे बारे पुलिस वल्लों इन्ना ही दस्सिया गया भी इह मिथ के कीती गई निशानेबाजी सी, ते इहदे विच जिहड़ा व्यक्ति पीड़त आ, जिहड़ा जख्मी आ, वह पुलिस तो भलीभांत जाणू आ, ते लगदा वी इह ड्रग ट्रेड दी ड्रग वेचण दी आपस विच लड़ाई हैगी आ, हजे कोई नां जिहड़े आ जी उह जनतक नहीं कीते गए। हुण मेयर साहिब कह रही आ भी माहौल ठीक है सरी दे विच, आर सी एम पी इहनूं सांभ सकदी आ, कोई समस्या नहीं हैगी, पर जिहड़ा आंढ गुआंढ आ उह डरे पए आ, भयभीत होए पए आ, क्योंकि गोलियां जदों चलदियां उह आला दुआला नहीं देखदियां, घर दे विच लगियां, इक दे विच फैंस विच लगियां, ते उह समां हुंदा जदों लोकी अक्सर कम्मां करन तों आ के वॉक करन बाहर निकलदे आ, घाद नूं पाणी लाउंदे आ, जां वैसे बाहर खड़े आ, गर्मी बहुत आ, गोली किसी दे भी लग सकदी सीगी, ते इक उहदा कुदरती बचाअ हो गया। ते हुण मेयर ने जिहड़ी वीडियो स्टेटमेंट जारी कीती आ उहदे विच उह कहिंदे वी सरी आर सी एम पी दे अंकड़े दस रहे आ ਵੀ ਪਿਛਲੇ ਇੱਕ ਦਹਾਕੇ ਵਿੱਚ ਸਰੀ ਦੇ ਵਿੱਚ ਅਪਰਾਧ ਬਹੁਤ ਘੱਟ ਗਿਆ ਜੀ। ਉਹ ਕਹਿੰਦੇ ਸਾਨੂੰ ਨਹੀਂ ਪਤਾ ਵੀ ਸਰੀ ਪੁਲਿਸ ਜਿਹੜੀ ਨਵੀਂ ਜੇਕਰ ਬੀ ਸੀ ਸਰਕਾਰ ਨੇ ਬਣਾਤੀ ਉਹ ਸ਼ਹਿਰ ਦਾ ਮਾਹੌਲ ਸਹੀ ਰੱਖ ਸਕੂਗੀ ਕਿ ਨਹੀਂ, ਪਰ ਇਸੇ ਕਰਕੇ ਅਸੀਂ ਆਰ ਸੀ ਐਮ ਪੀ ਦੇ ਨਾਲ ਰਹਿਣਾ ਚਾਹੁੰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਵਕਤ ਸੂਬਾ ਸਰਕਾਰ ਵੱਲੋਂ ਫੈਸਲਾ ਆ ਸਕਦਾ ਆ, ਸੂਬੇ ਦੇ ਸੋਲੀਸਿਟਰ ਜਨਰਲ ਜਿਹੜੇ ਆ ਅਨਾਊਂਸ ਕਰ ਸਕਦੇ ਆ, ਅਕਸਰ ਇਹੋ ਜਿਹੜੇ ਫੈਸਲੇ ਆ ਵੀਕਐਂਡ ਦੇ ਉੱਤੇ ਜਾਰੀ ਕੀਤੇ ਜਾਂਦੇ ਆ, ਹੋ ਸਕਦਾ ਕੱਲ੍ਹ ਨੂੰ ਆ ਜਾਵੇ, ਹੋ ਸਕਦਾ ਮੋਰਲੀ ਵੀਕ ਦੇ ਵਿੱਚ ਆਵੇ, ਪਰ ਕਿਸੇ ਵੀ ਵੇਲੇ ਹੁਣ ਇਹ ਆ ਸਕਦਾ ਆ। ਅਤੇ ਇਸੇ ਕਰਕੇ ਪ੍ਰੈਸ਼ਰ ਪਾਉਣ ਦੇ ਮਕਸਦ ਦੇ ਨਾਲ ਹੀ ਇਹ ਸਟੇਟਮੈਂਟ ਜਿਹੜੀ ਆ ਮੇਅਰ ਵੱਲੋਂ ਜਾਰੀ ਕੀਤੀ ਗਈ ਆ, ਪਰ ਜਿਸ ਵੇਲੇ ਮੇਅਰ ਨੇ ਸਟੇਟਮੈਂਟ ਜਾਰੀ ਕੀਤੀ ਨਾਲ ਹੀ ਗੋਲੀ ਚੱਲ ਰਹੀ ਸੀਗੀ। ਹੁਣ ਮੇਅਰ ਹੁਣੀ ਕਹਿ ਰਿਹਾ ਵੀ ਸਰੀ ਆਰ ਸੀ ਐਮ ਪੀ ਦੇ ਅੰਕੜੇ ਦਿਖਾ ਰਹੇ ਆ ਵੀ ਸ਼ਹਿਰ ਦੇ ਵਿੱਚ ਕ੍ਰਾਈਮ ਘੱਟ ਗਿਆ। ਕ੍ਰਾਈਮ ਇਸ ਕਰਕੇ ਨਹੀਂ ਘਟਿਆ, ਲੋਕਾਂ ਨੂੰ ਜਾ ਕੇ ਪੁੱਛ ਕੇ ਦੇਖੋ ਵੀ ਕ੍ਰਾਈਮ ਘਟਿਆ, ਹੋਇਆ ਇਹ ਆ ਕਿ ਲੋਕਾਂ ਦਾ ਵਿਸ਼ਵਾਸ ਚੱਕਿਆ ਗਿਆ ਪੁਲਿਸ ਕੋਲੋਂ, ਲੋਕ ਪੁਲਿਸ ਕੋਲੋਂ ਜਾਣੋ ਹਟ ਗਏ। ਮੰਨ ਲਓ ਹੁਣ ਜੇ ਕਿਸੇ ਦੇ ਘਰ ਦੇ ਵਿੱਚ ਬ੍ਰੇਕ ਇਨ ਹੋ ਗਈ, ਚੋਰੀ ਹੋ ਗਈ, ਕਿਸੇ ਦੀ ਗੱਡੀ ਚੱਕ ਕੇ ਕੋਈ ਲੈ ਗਿਆ, ਗੱਡੀ ਭੰਨ ਦਿੱਤੀ, ਆਮ ਇੱਥੇ ਸ਼ਿਕਾਇਤਾਂ ਆ ਵੀ ਸਾਡੀ ਵੈਨ ਭੰਨ ਲਈ, ਸਾਡਾ ਟਰੱਕ ਭੰਨ ਗਏ, ਟੂਲ ਵਿੱਚੋਂ ਚੋਰੀ ਹੋ ਗਏ, ਟਰੱਕਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ, ਬਾਹਰ ਪਿਆ ਕੋਈ ਸਮਾਨ ਚੱਕ ਕੇ ਲੈ ਗਿਆ, ਉਹ ਲੋਕ ਕ੍ਰਾਈਮ ਰਿਪੋਰਟ ਕਰਨ ਹਟ ਗਏ। ਉਹ ਕਹਿੰਦੇ ਵੀ ਪੁਲਿਸ ਕੋਲ ਤਾਂ ਵੱਡੇ ਮਾਮਲੇ ਸਾਂਭਣ ਵਾਸਤੇ ਤਾਂ ਟਾਈਮ ਹੈ ਨਹੀਂਗਾ, ਵੀ ਅਸੀਂ ਛੋਟੇ ਮੋਟੇ ਮਾਮਲੇ ਰਿਪੋਰਟ ਕਿਉਂ ਕਰਨੇ ਆ। ਅਕਸਰ ਤੁਸੀਂ ਸ਼ਹਿਰ ਵਿੱਚ ਗੱਲ ਕਰੋ ਤਾਂ ਇਹ ਅਕਸਰ ਲੋਕ ਕਹਿੰਦੇ ਆ ਵੀ ਅਸੀਂ ਪੁਲਿਸ ਕੋਲ ਛੋਟੇ ਮੋਟੇ ਮਾਮਲੇ ਰਿਪੋਰਟ ਹੀ ਨਹੀਂ ਕਰਦੇ। ਜਦੋਂ ਛੋਟੇ ਮੋਟੇ ਮਾਮਲੇ ਰਿਪੋਰਟ ਹੀ ਨਹੀਂ ਹੋਣੇ ਤਾਂ ਆਪੇ ਅੰਕੜੇ ਦੇ ਥੱਲੇ ਆਉਣੇ ਆ, ਪਰ ਸ਼ਹਿਰ ਦੇ ਵਿੱਚ ਲੋਕਾਂ ਨੂੰ ਪਤਾ ਵੀ ਕ੍ਰਾਈਮ ਦੀ ਹਾਲਤ ਜਿਹੜੀ ਆ ਉਹ ਕੀ ਆ। ਸੋ ਜਦੋਂ ਮੇਅਰ ਹੁਣੀ ਇਹ ਬਿਆਨ ਜਾਰੀ ਕਰ ਰਹੇ ਸੀਗੇ ਵੀ ਸਾਰਾ ਕੁਝ ਸ਼ਹਿਰ 'ਚ ਸਹੀ ਆ, ਉਸੇ ਵੇਲੇ ਗੋਲੀ ਚੱਲ ਰਹੀ ਸੀਗੀ। ਅਤੇ ਤੁਹਾਨੂੰ ਯਾਦ ਕਰਾ ਦਈਏ ਕਿ ਸ਼ਹਿਰ ਵਿੱਚ ਕਿੰਨਾ ਕੁ ਸਹੀ ਆ, 3 ਮਹੀਨੇ ਦੇ ਪਿਛਲਿਆਂ ਦੇ ਅੰਕੜੇ ਜਿਹੜੇ ਆਪਾਂ ਕਰੀਏ, ਜਿਹੜੇ ਕਿ ਪਬਲਿਕ ਆ ਮੀਡੀਆ ਦੇ ਵਿੱਚ ਆ, 6 ਵਾਰੀ ਗੋਲੀ ਚੱਲ ਚੁੱਕੀ ਆ, 4 ਵਾਰੀ ਛੁਰੇਬਾਜ਼ੀ ਹੋ ਚੁੱਕੀ ਆ, ਜਿਹਦੇ ਵਿੱਚ 2 ਵਾਰੀ ਬੱਸ ਦੇ ਵਿੱਚ ਛੁਰੇਬਾਜ਼ੀ ਹੋਈ ਆ, 1 ਮੌਤ ਜਿਹੜੀ ਆ ਹਾਈ ਪ੍ਰੋਫਾਈਲ ਲੀਡਰ ਦੇ ਕਮਿਊਨਿਟੀ ਦੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਗੁਰਦੁਆਰੇ ਦੇ ਪ੍ਰਧਾਨ ਦੀ ਸਰੀ ਵਿੱਚ ਹੋ ਚੁੱਕੀ ਆ, 1 ਪੁਲਿਸ ਦੇ ਵੱਲੋਂ ਕੀਤੀ ਗਈ ਸ਼ੂਟਿੰਗ ਹੋ ਚੁੱਕੀ ਆ, ਜੇ ਕੁੱਲ ਮਿਲਾ ਕੇ ਦੇਖੀਏ ਤਾਂ 6 ਜਾਨਾਂ ਜਾ ਚੁੱਕੀਆਂ, 7 ਜ਼ਖਮੀ ਹੋਏ ਆ, ਅਤੇ ਹੱਲੇ ਮਾਹੌਲ ਸਰੀ ਦੇ ਵਿੱਚ ਮੇਅਰ ਜੀ ਕਹਿ ਰਹੇ ਆ ਵੀ ਠੀਕ ਠਾਕ ਆ। ਸੋ ਜੇ ਮਾਹੌਲ ਠੀਕ ਆ ਤਾਂ ਫਿਰ ਗਲਤ ਕੀ ਹੁੰਦਾ, ਇਹ ਸ਼ਾਇਦ ਲੋਕਾਂ ਦੇ ਮਨਾਂ ਵਿੱਚ ਸਵਾਲ ਜ਼ਰੂਰ ਆਊਗਾ। ਸੋ ਇਹਦੇ ਵਿੱਚ ਜਿਹੜੀ ਗੱਲ ਸਮਝਣ ਵਾਲੀ ਉਹ ਇਹ ਹੈ ਕਿ ਮੇਅਰ ਬ੍ਰਿੰਡਾ ਲੋਕ ਜਿਹੜੇ ਉਹਨਾਂ ਦਾ ਪਲੈਟਫਾਰਮ ਇਹ ਸੀਗਾ ਕਿ ਮੈਂ ਆਰ ਸੀ ਐਮ ਪੀ ਰੱਖਣੀ ਆ, ਬੇਸ਼ੱਕ 900 ਵੋਟਾਂ ਦੇ ਫਰਕ ਨਾਲ ਜਿੱਤਿਆ, ਪਰ ਉਹਨਾਂ ਨੂੰ ਇਹ ਲੱਗੀ ਜਾਂਦਾ ਵੀ ਖਰੇ ਸਾਰੀ ਸਰੀ ਜਿਹੜੀ ਆ ਆਰ ਸੀ ਐਮ ਪੀ ਚਾਹੁੰਦੀ ਆ, ਪਰ ਉਹ ਇਹ ਭੁੱਲ ਰਹੇ ਆ ਵੀ ਜਿਹੜੇ ਬਾਕੀ 72% ਵੋਟਾਂ ਉਹਨਾਂ ਨੂੰ ਨਹੀਂ ਪਈਆਂ ਉਹ ਦੂਜੇ ਪਾਸੇ ਵਾਲੇ ਸੀਗੇ, ਉਹ ਤਾਂ ਹੁਣ ਵੋਟਾਂ ਦੀ ਜਿਹੜੀ ਆ ਤਵਾਜ਼ਨ ਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਜਿੱਤ ਗਏ। ਠੀਕ ਹੈ, ਉਹਨਾਂ ਦੀ ਵਫਾਦਾਰੀ ਜਾਇਜ਼ ਆ, ਜਿਹੜੇ ਪਲੈਟਫਾਰਮ ਦੇ ਉੱਤੇ ਉਹ ਜਿੱਤੇ ਉਹਨਾਂ ਨੂੰ ਵਫਾਦਾਰੀ ਰੱਖਣ ਦਾ ਹੱਕ ਹੈਗਾ ਆ, ਪਰ ਸ਼ਹਿਰ ਦੀ ਸੁਰੱਖਿਆ ਬਾਰੇ ਜਿਹੜਾ ਬਿਆਨ ਜਾਰੀ ਕਰਨਾ
लोग भी ऐसे शहर से रेंगे उन्होंने पता आ भी शहर किन्ना सुरक्षित आ वो किसी होर प्लैनेट तो नहीं रेंगे भी तुम दसोंगे उन्होंने भी शहर के अपराध किन्ना का सो तुहाडी वफादारी आर सी एम पी ना हैगी आ रखो पर शहर के लोग की चाहते आ उहदा भी ख्याल रखो तुम हम सारे शहर के मेयर आ सारे लोगों के नुमाइंदे आ जो शहर की सुरक्षा लिए सही आ वो करना चाहिए तो सारिया रिपोर्टा सूबे का सोलिसिटर जनरल वड्डे वड्डे अदारे दस रहे आ कि सरी पुलिस लोकल पुलिस ही जी इस वेले बैटर आ आर सी एम पी जिस तरीके लोगों तरक्या रोक के लोगों बदलियां रोक के इतने लोगों गिनती बढ़ाने के लगी हुई है बचा के रखने लगी हुई है ये बहुत चिर कैम रहना नहीं क्योंकि नैशनल लैवल के उत्ते आर सी एम पी के अफसर की शॉर्टेज आ सो अपनी जिद की खातर आर सी एम पी प्रति अपनी वफादारी कर सारे शहर की सुरक्षा दाते ला देना घट्टो घट्ट मेयर को शोभा नहीं दिता क्योंकि मेयर की जी जिम्मेवारी आ वो शहर की माँ वाली है तो उन्होंने अपने सारे बच्चों का ख्याल जरा रखना चाहिए जी। साडा हर एक प्रोग्राम वेखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।